ਸੋ ਪੰਨੂ ਸਾਹਿਬ ਨੇ ਕਿਹਾ ਕਿ ਸਾਡੇ ਸ਼ਹਿਰ ਜ਼ਰੂਰ ਆਓ। ਅਸੀਂ ਵੈਸੇ ਨਾਸਰ ਕੇ ਆਏ ਸੀਗੇ ਅਤੇ ਇੱਥੇ ਵੀ ਆ ਕੇ ਫਿਰ ਕਿਉਂਕਿ ਰਾਜੀਵ ਜੀ ਦਾ ਇਹਨਾਂ ਨੂੰ ਨਵਾਂ ਅਹੁਦਾ ਮਿਲਿਆ ਇੰਪਰੂਵਮੈਂਟ ਵਾਸਤੇ ਚੇਅਰਮੈਨ ਨੇ ਗੁਰਦਾਸਪੁਰ ਦੇ, ਔਰ ਸੋਮਵਾਰ ਪਰਸੋਂ ਇਹਨਾਂ ਜਾ ਕੇ ਆਪਣਾ ਗ੍ਰਹਿਣ ਕਰਨਾ ਜਿਹੜੀ ਕੁਰਸੀ ਇਹਨਾਂ ਨੂੰ ਮਿਲੀ ਹੈ। ਅਤੇ ਮੇਰੇ ਕੋਲ ਉਦੋਂ ਜਾਇਆ ਨਹੀਂ ਜਾਣਾ, ਮੈਂ ਹੋਰ ਜਗ੍ਹਾ ਬਿਜ਼ੀ ਸੀਗਾ। ਅਤੇ ਇਹ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਵੱਲ ਆਉਣ ਲੱਗਾ ਘਰ, ਅਤੇ ਇਹਨਾਂ ਬੜੇ ਗ੍ਰੇਸ਼ੀਅਸ ਸੀ, ਮੈਨੂੰ ਕਿਹਾ ਤੁਸੀਂ ਆ ਜਾਓ ਅਤੇ ਅੱਜ ਮੇਰੇ ਨਾਲ ਜੱਫੀ ਪਾ ਜਾਓ। ਸੋ ਸਰ ਜੱਫੀ ਪੈ ਗਈ ਅੱਜ, ਅਤੇ ਨਾਲੇ ਪੰਨੂ ਸਾਹਿਬ ਨਾਲ ਹੋ ਗਈ ਗੱਲਬਾਤ ਅੱਜ। ਹਾਂਜੀ, ਸੋ ਬੜੀ ਖੁਸ਼ੀ ਦਾ ਦਿਨ ਹੈ ਸਾਡੇ ਵਾਸਤੇ ਕਿ ਦੋ ਸਾਡੇ ਬੜੇ ਯੰਗ ਨੇਤਾ ਜਿਹੜੇ ਨੇ ਇਹ ਮੇਰੇ ਨਾਲ ਨੇ ਅੱਜ ਖੜ੍ਹੇ ਇੱਥੇ। ਔਰ ਇੰਪਰੂਵਮੈਂਟ ਟਰੱਸਟ ਸਾਡਾ ਕੰਮ ਹੈ, ਬੜਾ ਬਹੁਤ ਇੰਪੋਰਟੈਂਟ ਕੰਮ ਹੈ। ਇਹ ਅੱਡ ਗੱਲ ਹੈ ਕਿ ਪਿਛਲੇ ਦਿਨਾਂ 'ਚ ਇੰਪਰੂਵਮੈਂਟ ਟਰੱਸਟ ਨੂੰ ਇੱਕ ਬੜੇ ਗਲਤ ਰਾਹ 'ਤੇ ਤੋਰ ਲੈ ਗਿਆ ਸੀਗਾ। ਪਲੋਟ ਜਿਹੜੇ ਲੋਕਲੀ ਡਿਸਪਲੇਸ ਪਰਸਨ ਪਲੋਟ ਦੇ LDP ਪਲੋਟ ਜਿਹਨੂੰ ਕਹਿੰਦੇ ਆ, ਉਹ ਵੀ ਗਲਤ ਬੰਦਿਆਂ ਦਿੱਤੇ ਗਏ, ਅਲੋਟਮੈਂਟਸ ਗਲਤ ਕੀਤੀਆਂ ਗਈਆਂ, ਕਾਲੋਨੀਆਂ ਚੰਗੀ ਤਰ੍ਹਾਂ ਨਹੀਂ ਕੱਟੀ ਗਈਆਂ, ਸੀਵਰ ਚੰਗੀ ਤਰ੍ਹਾਂ ਨਹੀਂ ਪਾਏ ਗਏ। ਤੋ ਇਹ ਹੁਣ ਮੇਰੀ ਗੱਲ ਚੱਲ ਰਹੀ ਸੀਗੀ ਸ਼ਰਮਾ ਜੀ ਨਾਲ, ਮੈਂ ਕਿਹਾ ਕਿ ਤੁਸੀਂ ਤੁਹਾਨੂੰ ਮੌਕਾ ਪਰਮਾਤਮਾ ਨੇ ਦਿੱਤਾ ਅਤੇ ਗੁਰਦਾਸਪੁਰ ਜਾ ਕੇ ਸ਼ੁਰੂ ਕਰ ਦਿਓ ਕੰਮ ਵਧੀਆ। ਜਿਹੜੀਆਂ ਪੁਰਾਣੀਆਂ ਕਾਲੋਨੀ ਜੇ ਉੱਥੇ ਕੋਈ ਕੰਮ ਕਰਨ ਲਓ, ਇੰਪਰੂਵ ਕਰੋ। ਜੇ ਤੇਰੇ ਪ੍ਰੋਪਰਟੀਜ਼ ਨੇ, ਪ੍ਰੋਪਰਟੀ ਨੂੰ ਵੇਖੀ ਕਿਹੜੀਆਂ ਕਿਹੜੀਆਂ ਹੈਗੀਆਂ, ਕਿਹੜੇ ਕੇਸ ਚੱਲ ਰਹੇ ਨੇ, ਅਸੀਂ ਆਪਣੇ ਕੇਸ ਹੀ ਖਤਮ ਕਰ ਦਈਏ। ਮੈਨੂੰ ਲੋਕ ਪੁੱਛਦੇ ਤੇਰੀ ਜਿੱਤ ਕੀ ਹੋਊਗੀ, ਅਤੇ ਮੈਂ ਕਹਿੰਦਾ ਐਜ਼ ਆ ਲੋਕਲ ਗਵਰਨਮੈਂਟ ਮਿਨਿਸਟਰ, ਜੇ ਮੈਂ ਆਪਣੇ ਕੇਸ ਅੱਧੇ ਕਰ ਲਵਾਂ ਜਿੰਨੇ ਮੈਨੂੰ ਮਿਲੇ ਆ, ਅੱਧੇ ਕਰਦਾ ਮੈਂ, ਤਾਂ ਮੇਰੀ ਜਿੱਤ ਹੋਊਗੀ। ਕਿਉਂਕਿ ਬੇਫਜ਼ੂਲ ਇਹਨਾਂ ਨੇ ਕੇਸ ਪਾਏ ਹੋਏ ਨੇ, ਮੁਲਾਜ਼ਮਾਂ ਨੂੰ ਪੈਨਸ਼ਨਾਂ ਨਹੀਂ ਦਿੰਦੇ, ਉਹਨਾਂ ਕੇਸ ਕੀਤੇ ਹੋਏ ਨੇ ਸਰਕਾਰਾਂ ਦੇ। ਇਹੋ ਜਿਹੇ ਨਿੱਕੇ ਨਿੱਕੇ ਮਾੜੇ ਮਾੜੇ ਕੰਮ ਜਿਹੜੇ ਕਿ ਕਦੇ ਵੀ ਸਰਕਾਰ ਨੂੰ ਨਹੀਂ ਕਰਨੇ ਚਾਹੀਦੇ, ਸਰਕਾਰਾਂ ਕਰ ਦਿੰਦੀਆਂ ਨੇ, ਅਸੀਂ ਇਹਨੂੰ ਗੱਲ ਨੂੰ ਇਸ ਤੋਂ ਬਹੁਤ ਦੂਰ ਜਾ ਰਹੇ ਹਾਂ। ਸੋ ਮੇਰੀ ਸ਼ਰਮਾ ਜੀ ਨਾਲ ਵੀ ਇਹੀ ਗੱਲ ਹੋ ਰਹੀ ਹੈ, ਪੰਨੂ ਸਾਹਿਬ ਨਾਲ ਵੀ ਇਹ ਗੱਲ ਹੋ ਰਹੀ ਸੀ ਕਿ ਅਸੀਂ ਆਪਣੇ ਕੇਸ ਕਟਾਈਏ, ਅਸੀਂ ਜੋ ਲੋਕਾਂ ਦਾ ਹੱਕ ਬਣਦਾ ਦਈਏ। ਇਹ ਨਾ ਸੜਕ ਐਤਕੀ ਉੱਠਿਆ ਸੀ ਸਵਾਲ, ਇਹ ਉਹਦੇ 'ਚ ਅਸੈਂਬਲੀ 'ਚ ਉੱਠਿਆ ਸੀਗਾ, ਅਤੇ ਉੱਥੇ ਵੀ PWD ਸਾਡੇ ਮੰਤਰੀ ਸਾਹਿਬ ਨੇ ਉਹਨਾਂ ਜਵਾਬ ਦਿੱਤਾ ਸੀ ਕਿ ਮੈਂ ਇਹਨੂੰ ਕੰਮ ਕਰ ਰਿਹਾ। ਸੋ ਮੇਰੇ ਖਿਆਲ ਮੈਨੂੰ ਹੁਣ ਪੂਰਾ ਗੱਲ ਤਾਂ ਹੋ ਗਿਆ, ਪੂਰੇ ਮੈਨੂੰ ਗੱਲ ਦਾ ਜਵਾਬ ਤਾਂ ਨਹੀਂ ਯਾਦ ਉਹਨਾਂ ਦਾ, ਪਰ ਪੋਜ਼ਿਟਿਵ ਸੀਗਾ ਕਿ ਅਸੀਂ ਇਹਨੂੰ ਕਰ ਰਹੇ ਹਾਂ। ਸੋ ਚੌੜੀ ਵੀ ਕਰ ਰਹੇ ਹਾਂ, ਅਤੇ ਜਿਹੜਾ ਪੁਲ, ਇੱਕ ਪੁਲ ਰਾਹ ਚੜਿਆ ਹੋਇਆ, ਪੁਲ ਵੀ ਹੜਿਆ ਨਾ, ਹੋ ਗਿਆ ਪੁਲ ਕੰਪਲੀਟ ਹੋ ਗਿਆ, ਪੁਲ ਕੰਪਲੀਟ ਹੋ ਗਿਆ। ਸੋ ਚੰਗੀ ਵਾਲਾ ਹੋ ਗਿਆ, ਬਿਕੋਜ਼ ਮੈਂ ਪਿਛਲੇ ਮਹੀਨੇ ਇੱਥੇ ਆਇਆ ਸੀ, ਉਦੋਂ ਨਹੀਂ ਸੀ ਬਣਿਆ, ਸਾਈਡ ਤੋਂ ਹੋ ਕੇ ਜਾਈਦਾ ਸੀਗਾ। ਅੱਜ ਮੈਂ ਵੈਸੇ ਇੱਧਰੋਂ ਨਹੀਂ ਆਇਆ, ਅੱਜ ਮੈਂ ਦੂਜੇ ਬੰਨੇ ਆਇਆ, ਮਜੀਠੇ ਸਣੀ ਆਇਆ। ਸੜਕ ਉਹ ਵੀ ਮਾੜੀ ਆ, ਨਹੀਂ ਮੈਂ ਇੱਧਰੋਂ ਜਾਣਾ। ਇਸ ਤਰ੍ਹਾਂ ਹੁੰਦਾ ਕਿ ਤੁਸੀਂ ਕਦੇ ਵੀ ਪਰਿਵਾਰ ਨੂੰ ਵਧਾਉਣ ਵਾਸਤੇ ਤੁਹਾਨੂੰ ਬੰਦੇ ਦੇ ਨਾਲ ਜੁੜਦੇ ਨੇ। ਹੁਣ ਤੁਹਾਡੇ ਦੋ ਬੱਚੇ ਹੋਣ ਤਾਂ ਤੁਹਾਡਾ ਦੋਵਾਂ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ, ਲੇਕਿਨ ਤੀਜਾ ਬੱਚਾ ਹੁੰਦਾ ਉਹਦੇ ਨਾਲ ਵੀ ਤਾਂ ਪਿਆਰ ਉਨਾ ਹੀ ਪੈ ਜਾਂਦਾ। ਸੋ ਇਸ ਕਰਕੇ ਸਾਨੂੰ ਉਹ ਵਿਨਿੰਗ ਕੈਂਡੀਡੇਟ ਮਿਲ ਰਹੇ ਸੀ, ਕਿਤੇ ਅਸੀਂ ਉਹਨਾਂ ਨੂੰ ਐਜ਼ ਅ ਅਸੀਂ ਲਿਆ ਉਹਨਾਂ ਨੂੰ ਕਿ ਸਾਨੂੰ ਜਿਹੜੀ ਸਾਡੀ ਪਾਰਟੀ ਹੈ ਅਸੀਂ ਉਹਨਾਂ ਨੂੰ ਅੱਗੇ ਰੱਖ ਕੇ ਅਤੇ ਆਪਣੀ ਨੀਤੀਆਂ ਜਿਹੜੀਆਂ ਸਾਡੀਆਂ ਨੇ, ਔਰ ਸਾਡੀ ਨੀਤੀ ਨੇ ਐਗਰੀ ਕਰਦੇ ਆ। ਵੱਡੀ ਗੱਲ ਹੁੰਦੀ ਹੈ ਕਿ ਜੋ ਸਾਡੀ ਸੋਚ ਹੈ, ਜੋ ਸਾਡੀ ਨੀਤੀਆਂ ਨੇ, ਉਸ ਗੱਲ ਨੂੰ ਐਗਰੀ ਕਰਦਾ ਕਿ ਨਹੀਂ ਕਰਦਾ, ਉਹ ਬੰਦਾ ਟੋਟਲੀ ਐਗਰੀ ਕਰਦਾ। ਔਰ ਲੋਕ ਵੀ ਰਿਲਾਈਜ਼ ਕਰਨ ਦੇ ਨੇ, ਔਰ ਸਾਡੀ ਪਾਰਟੀ ਦਾ ਕਾਡਰ ਵੱਧ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਜਿੱਤਾਂਗੇ ਇਲੈਕਸ਼ਨ ਚੰਗੀ ਤਰ੍ਹਾਂ।